ਅਮਰੀਮ ਕਿੰਨੇ ਡੇਰੇ ਤੇ ਕਿੰਨੀ ਜ਼ਮੀਨ, ਰੱਜ ਕੇ ਖਾਣੀ ਭੁੱਗੀ ਨਾਲੇ ਖਾਣੀ ਭੀਮ, ਫਿਰ ਰੋਜ਼ ਨਵੀਂ ਚਲਾਣੀ ਮਸ਼ੀਨ। ਦੇਖ ਮੇਰੇ ਦਾਦੀ ਦੀ ਸਕੀਮ, ਇੱਕ ਰਾਤ ਹੀ ਬਣਾਤਾ ਯਤੀਮ, ਨਾ ਰਹੇ ਡੇਰੇ ਨਾ ਰਹੀ ਜ਼ਮੀਨ। ਸਹੀ ਗੱਲ ਹੈ, ਹੁਣ ਕਿੱਥੇ ਤੇ ਖਾਣੀ ਭੁੱਗੀ, ਕਿੱਥੇ ਤੇ ਖਾਣੀ ਭੀਮ, ਹੁਣ ਹੱਥੀ ਕੰਮ ਕਰਕੇ ਰੋਟੀ ਖਾਂਦਾ ਜਿਹੜਾ ਰੋਜ਼ ਨਵੀਂ ਚਲਾ ਦਿੰਦਾ ਮਸ਼ੀਨ। ਇਹਦਾ ਬਾਬਾ ਰਾਮ ਰਹੀਮ। ਅੱਗੇ ਆ ਗਈ ਬੀਬੀ ਹਨੀਪ੍ਰੀਤ, ਸਾਰੀ ਉਮਰ ਗਾਏ ਬਾਬੇ ਦੇ ਗੀਤ, ਜੇ ਇੱਕ ਰਾਤ ਵੀ ਕਰ ਲੈਂਦੀ ਆਪਣੇ ਘਰ ਵਾਲੇ ਨਾਲ ਸੱਚੀ ਪ੍ਰੀਤ, ਤਾਂ ਕਾਹਨੂੰ ਲੱਗਣੀ ਕੰਬਲ ਠੰਡੀ ਸੀਤ। ਕਦੇ ਤਾਂ ਆ ਜਾਣੀ ਦੀ ਮੁਲਾਕਾਤ ਦੀ ਤਰੀਕ, ਹੁਣ ਕਿਹਦੀ ਕਰਨੀ ਹੈ ਠੀਕ, ਹੁਣ ਤਾਹਨੇ ਮਾਰਦੇ ਸਰੀਕ, ਹੁਣ ਪੈਂਦੀ ਕਾਲ ਜੀ ਲੀਕ, ਪਈ ਦੀ ਬਾਬੇ ਦੇ ਮੋਟੇ ਮਾਲ ਨੂੰ, ਹੁਣ ਉੱਥੇ ਜਾ ਕੇ ਹੋਣੀ ਠੀਕ। ਇਹ ਸੀ ਬੀਬੀ ਹਨੀਪ੍ਰੀਤ। ਅੱਜ ਕੱਲ੍ਹ ਕਿਸੇ ਦਾ ਕੀ ਇਤਵਾਰ ਹੈ, ਤੁੱਕੇ ਦਾ ਪਿਆਰ ਹੈ, ਧੱਕੇ ਦੀ ਸਰਕਾਰ ਹੈ, ਜਿਹਦਾ ਧੱਕਾ ਚੱਲ ਜਾਵੇ ਉਹਦੀ ਜੈ ਜੈਕਾਰ ਹੈ, ਸ਼ਰੀਫ ਬੰਦੇ ਨੂੰ ਚਾਰੇ ਪਾਸੇ ਮਾਰ ਹੈ, ਕਿਉਂਕਿ ਅੱਜ ਕੱਲ੍ਹ ਦੁਨੀਆ ਬੜੀ ਹੁਸ਼ਿਆਰ ਹੈ, ਕਿਸੇ ਦਾ ਕੀ ਇਤਬਾਰ ਹੈ। ਅੱਜ ਕੱਲ੍ਹ ਸਗੀ ਮਾਸੀ ਭਾਣਜੇ ਦਾ ਤਾਂ ਪਿਆਰ ਹੈ, ਦਿਨਾਂ ਨੂੰ ਭਾਣਜਾ ਰਾਤ ਨੂੰ ਯਾਰ ਹੈ, ਮਾਸੀ ਭਾਣਜੇ ਨਾਲ ਫਰਾਰ ਹੈ, ਭਾਣਜਾ ਅੰਦਰ ਤੇ ਮਾਸੀ ਬਾਹਰ ਹੈ। ਇਹ ਕਲਯੁਗ ਦੇ ਅਵਤਾਰ ਹੈ, ਬਾਪੂ ਆਸਾ ਰਾਮ ਦੇ ਨਾਰਾਇਣ ਸਾਈਂ ਵੀ ਇਸੇ ਤੀਰ ਦੇ ਸ਼ਿਕਾਰ ਹੈ, ਮੇਰੀ ਇਹਨਾਂ ਨੂੰ ਦੂਰ ਦੂਰ ਦੇ ਹੱਥ ਜੋੜ ਕੇ ਨਮਸਕਾਰ ਹੈ, ਹੁਣ ਤੁਹਾਡਾ ਇਹਦੇ ਬਾਰੇ ਪਤਾ ਨਹੀਂ ਕੀ ਵਿਚਾਰ ਹੈ। ਇਹ ਮੈਂ ਕਿਹੜਾ ਬਿਮਾਰ ਹੈ, ਮੈਂ ਵੀ 24 ਘੰਟੇ ਤਿਆਰ ਹਾਂ, ਤੁਸੀਂ ਇਸ਼ਾਰਾ ਕਰੋ ਜਿੱਦਾਂ ਸ਼ਿਕਾਰ ਹੈ, ਮੈਨੂੰ ਕਿਹੜਾ ਮੋਟੀ ਪਤੀ ਦਾ ਭਾਰ ਹੈ। ਇਸ ਕੰਮ ਦਾ ਉਹ ਬੰਦਾ ਵੀ ਤਿਆਰ ਹੈ ਜਿਹੜਾ 6 ਮਹੀਨੇ ਦਾ ਬਿਮਾਰ ਹੈ, ਪਰ ਡਰ ਲੱਗਦਾ ਹੁਣ ਜਿਹੜੀ ਉੱਪਰ ਸਰਕਾਰ ਹੈ, ਨਹੀਂ ਦੇਖਿਆ ਤੂੰ ਮਾਰਾ ਪਿਆਰ ਹੈ, ਦੇਖ ਲਿਆ ਤੂੰ ਬਲਾਤਕਾਰ ਹੈ। ਅੱਜ ਕੱਲ੍ਹ ਸੈਂਟਰ ਨਰਿੰਦਰ ਮੋਦੀ ਦੀ ਸਰਕਾਰ ਹੈ। ਤੁਹਾਡਾ ਨਰਿੰਦਰ ਮੋਦੀ ਬਾਰੇ ਕੀ ਵਿਚਾਰ ਹੈ? ਮੈਂ ਕਿਹਾ ਜੀ ਮੋਦੀ ਸਾਡਾ ਬਹੁਤ ਵਧੀਆ ਸਰਕਾਰ ਹੈ। ਹਾਂਜੀ, ਬੀਜੇਪੀ ਦੀ ਆਲ ਹਿੰਦੁਸਤਾਨ ਚ ਜੈ ਜੈਕਾਰ ਹੈ। ਅੱਛਾ ਜੀ, ਬਾਕੀ ਇਹ ਦੁਨੀਆਂ ਦੇ ਸਿਰ ਜਿਹੜਾ ਲੜਕੇ ਮਰਨ ਆਏ ਤਾਂ ਕਹਿੰਦੇ ਦੁਨੀਆਂ ਦੇ ਸਿਰ ਭਾਰ ਹੈ। ਅੱਛਾ ਜੀ, ਹੈ ਨਾ, ਹੁਣ ਦੇਖ ਲੋ ਉਧਰ ਹੜਾਂ ਨੇ ਕਿਆ ਹਾਲ ਕੀਤਾ ਜੀ, ਸਹੀ ਗੱਲ। ਮੋਦੀ ਕਿਹੜੇ ਕਿਹੜੇ ਨਾਲੇ ਜਾ ਕੇ ਪੱਥਰ ਲਾਵੇ, ਕਿਆ ਕਿਆ ਕਰੇ ਵਿਚਾਰਾ। ਤੁਸੀਂ ਕਹਿੰਦੇ ਸੀ ਬਾਬਾ ਰਾਮਦੇਵ ਜੀ ਨੇ ਪੈਟਰੋਲ ਵਾਲੇ ਆਪਣੇ ਉਹ ਕੀਤੇ ਸੀਗਾ ਵੀ ਆਪਾਂ ਘੱਟ ਕਰਾਂਗੇ, 35 ਰੁਪਏ ਕਰਾਂਗੇ, ਵੀ ਹੁਣ ਇਸ ਟਾਈਮ 100 ਰੁਪਏ ਦੇ ਪਾਰ ਹੈ, ਤੁਹਾਡਾ ਉਹਦੇ ਬਾਰੇ ਕੀ ਵਿਚਾਰ ਹੈ? ਬਸ ਮਾਰੇ ਹੁਣ ਟੁੱਟ ਪੰਜ ਦਾ ਸਾਹ ਤੇ ਟੁੱਟ ਮਾਰੇ ਜਗਾਰ ਹੈ, ਹੁਣ ਇਹ ਕੋਈ ਦਿਨਾਂ ਦੀ ਸਰਕਾਰ ਹੈ ਨਾ, ਉਹਦੇ ਬਾਅਦ ਤਾਂ ਫਿਰ ਮਾੜਾ ਜਿਹਾ ਲਾਚਾਰ ਹੈ, ਜੇ ਥੋੜਾ ਜਿਹਾ ਹੋਰ ਵੱਧ ਗਿਆ ਤਾਂ ਮੇਰੇ ਕੀ ਬੰਦਾ ਬਿਮਾਰ ਹੈ, ਫਿਰ ਤਾਂ ਆ ਗਈ ਉੱਪਰ ਆ ਗਈ ਅਲਟਰਾ ਅਟੈਕ, ਜਿੱਦਾਂ ਤੇ ਆਈ ਅਲਟਰਾ ਅਟੈਕ ਉਦਾਂ ਤੇ ਆ ਗਈ ਮਾਲਕਾਂ ਚ ਭਾਖੜੇ ਤੇ ਲੈਟ, ਨਹੀਂ ਤਾਂ ਹੋ ਗਈ ਸੀ ਫੁੱਲ ਫਲੈਟ, ਤਾਂ ਹੁਣ ਖਰਚੇ ਵੱਧਦੇ ਹੋ ਗਏ ਟੈਟ। ਉੱਧਰ ਮੈਂ ਕਿਹਾ ਜਿੱਦਣ ਕੋਠੀ ਪਰੇ ਲੱਗਣ ਲੱਗ ਗਏ ਰੈਕ, ਉਦਣ ਕਈਆਂ ਨੂੰ ਪੈਣੇ ਅਟੈਕ, ਫਿਰ ਕਿਆ ਕਰਨੇ, ਬਾਰਾਂ ਚੱਕੀਆਂ ਕਿੱਥੇ ਚਲਾਣੀਆਂ ਉਹਨਾਂ ਨੇ ਭਾਗ। ਅਸੀਂ ਤਾਂ ਖੀਰ ਖੰਡ ਦੇ ਭੋਗ ਲਾਈ ਦੇ, ਲੋਕਾਂ ਨੂੰ ਚਾਹਦੀ ਵੀ ਜਵਾਬ ਹੈ, ਇੱਕ ਕੁੜੀ ਇੱਕ ਮੁੰਡਾ, ਇੰਨੀ ਕੁ ਮੇਰੀ ਔਲਾਦ ਹੈ, ਭਗਵਾਨ ਦਾ ਆਸ਼ੀਰਵਾਦ ਹੈ, ਪਿੰਡ ਮੇਰਾ ਕਾਹੀਆ ਤੇ ਨਾਂ ਮੇਰਾ ਹੇਮਰਾਜ ਹੈ। ਕਿਆ ਬਾਤ ਹੈ, ਚਾਹੇ ਹਿਮਾਚਲ ਹੈ, ਚਾਹੇ ਹਿਮਾਚਲ ਹੈ, ਚਾਹੇ ਪੰਜਾਬ ਹੈ, ਸਾਰੇ ਪਾਸੇ ਆਪਣਾ ਹੀ ਰਾਜ ਹੈ, ਆਪਣੀ ਜੀਵ ਦਾ ਸਵਾਦ ਹੈ, ਜੋ ਬਚ ਗਿਆ ਉਹ ਬੱਚਿਆਂ ਦੇ ਭਾਗ ਹੈ। ਦੇਖੋ ਜੀ, ਸਾਡੇ ਹੇਮਰਾਜ ਸਾਡੇ ਸਤਾਜੀ ਹੈ, ਇਹ ਟਰੱਕ ਡਰਾਈਵਰ ਹੈ ਤੇ ਇਹ ਸਾਡੇ ਮਨੋਰੰਜਨ ਕਰਦੇ ਸਾਰੇ ਬੰਦੇ ਦਾ, ਤੇ ਗੱਲ ਗੱਲ ਤੇ ਆਪਣਾ ਟੋਟਕਾ ਸੁਣਾ ਦਿੰਦੇ ਆ, ਤੇ ਦੂਜੀ ਗੱਲ ਜੀ ਇਹ ਆਪਣਾ ਬਹੁਤ ਹੀ ਇਮਾਨਦਾਰ ਤੇ ਸੂਝਵਾਨ ਹੈ ਤੇ ਸਿਆਣਪ ਹੈ, ਤੇ ਇਹਨਾਂ ਨੂੰ ਸਲਾਮ ਹੈ, ਤੇ ਸਾਡੇ ਮੋਦੀ ਸਰਕਾਰ ਨੂੰ ਕਹਿੰਦੇ ਸਲਾਮ ਹੈ, ਤੇ ਸਤਿ ਸ਼੍ਰੀ ਅਕਾਲ ਭਾਈ ਹਨੀਪ੍ਰੀਤ ਤੇ ਬਾਬਾ ਰਾਮ ਰਹੀਮ, ਤੇ ਇੱਕ ਹੋਰ ਦੱਸਿਆ ਸੀ ਕਿਹੜਾ ਬਾਬਾ ਆਸਾ ਰਾਮ? ਬਾਬਿਆਂ ਦੀ ਬਣਨੀ ਹੋਣੀ ਤੇ ਗਾਂ ਟੀਮ, ਬਾਕੀ ਹੋਰ ਕੀ ਨਾ ਖਾ ਲੈਣੀ ਫੀਮ, ਕਹਿੰਦੇ ਸਾਰੇ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਭਾਈ, ਸਰੋਤਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ, ਸਤਿ ਸ਼੍ਰੀ ਅਕਾਲ ਹੈ ਜੀ। ਵੀ ਬਾਕੀ ਆਪਣਾ ਜਿਹੜੇ ਆਪਣੀ ਚੀਜ਼ ਉੱਪਰ ਇਤਬਾਰ ਹੈ, ਹੁਣ ਜਿਹੜਾ ਬਾਕੀ ਬਾਹਰ ਦਾ ਮਾਲ ਹੈ ਉਹਦਾ ਕੀ ਹਾਲ ਹੈ? ਅੱਛਾ ਠੀਕ ਹੈ, ਕਹਿੰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ, ਸਤਿ ਸ਼੍ਰੀ ਅਕਾਲ ਭਾਈ ਸਾਹਿਬ।